ਫਲਾਵਰ ਨੇ, ਉਹ ਭੁੱਕੀ ਨੂੰ ਗੌਰਮੈਂਟ ਨਸ਼ੇ ਨਹੀਂ ਮੰਨਦੀ ਉੱਥੇ। ਉਹ ਪੋਪੀ ਫਲਾਵਰ ਗੋਰੇ ਪਾਉਂਦੇ ਆ ਕਬਰਾਂ ਤੇ। ਪਹਿਲਾਂ ਤਾਂ ਆਪਣੇ ਵਾਲੇ ਬਜ਼ੁਰਗਾਂ ਨੇ ਕਬਰਾਂ ਸਾਫ਼ ਕਰਤੀਆਂ ਸਾਰੀਆਂ ਉਹਨਾਂ ਦੀਆਂ, ਸਾਰੀਆਂ ਕਬਰਾਂ ਖਾ ਗਏ ਉਹਨਾਂ ਦੀਆਂ। ਜਦੋਂ ਕਬਰਾਂ ਤੋਂ ਮੁੱਕ ਗਏ ਫਿਰ ਸਟੋਰਾਂ ਤੋਂ ਖਰੀਦਣ ਲੱਗ ਗਏ। ਲਓ ਜੀ, ਇੱਕ ਗੋਰੀ ਨੇ ਆਪਣੀ ਦੇਸੀ ਬੇਬੇ ਨੂੰ ਪੁੱਛਿਆ, ਕਹਿੰਦੀ ਤੁਹਾਡੀ ਕਮਿਊਨਿਟੀ ਚ ਬਹੁਤ ਸਾਰੀਆਂ ਡੈਥਾਂ ਇਕੱਠੀਆਂ ਹੋ ਗਈਆਂ। ਉਹ ਕਹਿੰਦੀ ਕਿਵੇਂ? ਕਹਿੰਦੀ ਤੁਹਾਡੇ ਲੋਕ ਪੋਪੀ ਫਲਾਵਰ ਬਹੁਤ ਖਰੀਦ ਕੇ ਲਿਜਾਂਦੇ ਆ, ਇਹ ਕਬਰਾਂ ਤੇ ਪਾਉਂਦੇ ਆ। ਉਹ ਬੇਬੇ ਕਹਿੰਦੀ ਮੈਂ ਤੈਨੂੰ ਕਿਵੇਂ ਸਮਝਾਵਾਂ ਭੈਣੇ, ਥੋਡੇ ਗੋਰੇ ਤਾਂ ਇਹ ਮਰਿਆਂ ਤੇ ਪਾਉਂਦੇ ਆ, ਸਾਡੇ ਤਾਂ ਇਹ ਫੁੱਲ ਜੇ ਭਾਈ ਮਰਿਆਂ ਚ ਜਾਨ ਪਾਉਂਦੇ ਆ, ਇਹਨੂੰ ਖਾਦੇ ਬਿਨਾਂ ਉੱਠਦੇ ਹੀ ਨਹੀਂ। ਫਲਾਵਰ ਕੈਨੇਡਾ ਮੇ ਡਾਲਤੇ ਖਬਰੋਂ ਪੇ, ਤੋ ਯੇ ਜਹਾਜ ਜੋ ਹੈ ਵੋ ਜਾ ਕੇ ਉਧਰ ਜੋ ਉਸਕੇ ਉੱਪਰ ਸੇ ਲੈ ਆਤੇ, ਬੜੀ ਪਿਓਰ ਹੋਤੀ ਹੈ ਜੋ ਪਿਸ਼ਾਵਰ ਸੇ ਆਤੀ ਆ, ਦਰੇ ਸੇ ਆਤੀ, ਉਹ ਤੋਂ ਮਿਲਾਵਟ ਹੋਤੀ ਨਾ ਬੜੀ, ਤੋ ਯੇ ਪੋਪੀ ਫਲਾਵਰ ਬੜੇ ਪਿਓਰ ਹੋਤੇ, ਤੋ ਬੜਾ ਤੁਰੰਤ ਨਹੀਂ ਕਰਕੇ ਰੱਖਦੇ, ਯੇ ਤੋ ਖੁਸ਼ਗਵਾਰ ਮੂਡ ਮੇ ਸੋਸ਼ਲ ਮੀਡੀਆ ਸੇ ਚੱਲ ਰਿਹਾ। ਸੈਯਦਨਾ ਮੂਸਾ ਨੇ ਉਰਦੂ ਮੇ ਬਾਤ ਕੀ ਤੀ ਯਾ ਇਬਰਾਨੀ ਮੇ? ਸਵਾਲ, ਅਗਰ ਅਬਰਾਮੀ ਮੇ ਇਬਰਾਨੀ ਮੇ ਕੀ ਤੀ ਤੋ ਇਲਮ ਦੀਨ ਕੋ ਅਬਰਾਨੀ ਆਤੀ ਹੈ ਕਿ ਨਹੀਂ? ਆਲਮੀ ਦੀਨ ਜੰਨਤ ਮੇ ਅਭੀ ਵੀ ਹਾਥ ਕੇ ਪੰਖੇ ਸੇ ਕੀ ਰਵਾਇਤ ਹੈ, ਕੁਰਾਨ ਸ਼ਰੀਫ ਮੇ ਜ਼ਿਕਰ ਹੈ ਕਿ ਵਹਾਂ ਮਖਮੂਰ ਆਂਖੋਂ ਵਾਲੀ ਬਿੱਲੀ, ਬਿੱਲੀ ਆਂਖੋਂ ਵਾਲੀ ਬਲੋਰੀ ਆਂਖੋਂ ਵਾਲੀ ਬੁਲਾਣਾ, ਵੋ ਨਹਿਰੋਂ ਕੇ ਨੀਚੇ ਉੱਪਰ ਬੈਠ ਕੇ ਪੱਕੇ ਚੱਲ ਰਹੀ ਹੋਏਗੀ, ਪੱਥਰ ਆਪਕੀ ਉਰੇ ਇੰਤਜ਼ਾਰ ਕਰ ਰਹੀ ਹੋਏਗੀ, ਤੋ ਵਹਾਂ ਇਹ ਜੋ ਹੈ ਅਰਜ਼ ਪਰ ਤੋਂ ਬਗੈਰ ਬਿਜਲੀ ਕੇ ਏਅਰ ਕੰਡੀਸ਼ਨ ਲਾਂਚ ਹੋ ਚੁੱਕੇ ਹੈ, ਇਸ ਲਿਹਾਜ਼ ਸੇ ਜੰਨਤ ਅਭੀ ਬਹੁਤ ਪਿੱਛੇ ਰਹਿ ਗਈ। ਅੱਛਾ ਜੀ, ਮਜ਼ਾਕ ਮੇਂ ਕੇ ਗਾਜ਼ੀ ਲਮਦੇਨ ਸਾਹਿਬ ਕੇ ਤੋਂ ਮੁਕਰ ਗਏ, ਤੋ ਬਾਅਦ ਮੇਂ ਹਾਈ ਕੋਰਟ ਮੇਂ ਅਪੀਲ ਕੀ, ਅਪੀਲ ਕੇ ਬਾਅਦ ਗੌਰਮੈਂਟ ਔਫ ਬ੍ਰਿਟਿਸ਼ ਕੇ ਹੈੱਡ ਸੇ ਮਾਫ਼ੀ ਵੀ ਮੰਗੀ ਲੇਕਿਨ ਰਿਜੈਕਟ ਹੋ ਗਈ। ਅੱਛਾ ਜੀ, ਇਸ ਕੋ ਇਸਕੇ ਸਾਥ ਨਾ ਜੋੜਾ ਜਾਏ, ਅੱਖ 'ਚ ਕੀ ਸੂਰ ਦਾ ਵਾਲ ਪੈ ਗਿਆ, ਉਹ ਕਿਹੜਾ ਸੀ? ਇੱਥੇ ਦੋ ਸੂਰ ਨੇ, ਇੱਕ ਮੈਂ ਅਤੇ ਇੱਕ ਆਹੋ ਆਹੋ। ਅੱਛਾ, ਡਾਕੂਮੈਂਟ ਵੀ ਮੇਜੇ ਕਿਸੇ ਨੇ ਭੇਜੇ ਹੋਏ ਕਿ ਇਹ ਦੇਖੋ ਯੇ ਗਾਜ਼ੀ ਕੇ ਜੋ ਹੈ ਨਾ ਬਹੁਤ ਸਾਰੇ ਡਾਕੂਮੈਂਟ ਪੁਰਾਣੇ ਨਿਕਾਲ ਕੇ ਅਸਲੀ ਭੇਜੇ, ਕਰੇ ਸਟੱਡੀ ਕਰ ਲਿਆ, ਗਾਜ਼ੀ ਇਲਮਦੀਨ ਜੋ ਹੈ ਨਾ ਮੁਕਰ ਗਿਆ ਤਾ, ਭੇਡ ਹੋ ਗਿਆ ਤਾ, ਵਗੈਰਾ ਵਗੈਰਾ, ਯੇ ਉਸ ਰੈਵਨਿਊ ਸਟੈਂਪ ਪੇ ਵੀ ਅਭੀ ਵੀ ਯਹੀ ਮਿਲਤੀ, ਤੋ ਯੇ ਪੂਰੇ ਗਜ਼ਟ ਨੋਟੀਫਿਕੇਸ਼ਨ ਭੇਜਾ ਵਾ, ਲੇਕਿਨ ਹਮਨੇ ਕਿਹਾ ਚਲਈਏ ਖੁਸ਼ਗਵਾਰ ਮੂਡ ਮੇਂ, ਜੇ ਬਿਮਾਰਾ ਹਮ ਕਰੇਂਗੇ ਨਾ ਤੋ ਉਸਕੇ ਅੰਦਰ ਕਰੇਂਗੇ, ਆਪ ਦੇਖ ਰਹੇ ਨਿਗਬਾਨ ਪਾਕਿਸਤਾਨ, ਮੈਂ ਕੁਰਬਾਨ ਇਮਰਾਨ ਖਾਨ। ਸਵਾਲ ਯੇ ਕਿ ਸੈਯਦਨਾ ਮੂਸਾ ਕੀ ਮੁਲਾਕਾਤ ਨਬੀ ਕਰੀਮ ਸੱਲ ਵਸਲਮ ਕੇ ਦੀਦਾਰ ਔਰ ਵਾਅਦੇ ਕੇ ਬਾਅਦ ਵੀ ਮੁਕਰ ਜਾਣੇ ਕੀ ਕਿਆ ਜ਼ਰੂਰਤ ਥੀ? ਅੱਛਾ ਜੀ, ਜਬ ਜੰਨਤ ਮੇਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਮੋਮਨ ਔਰ ਮੋਮਨ ਹੱਕਾ ਸਾਹਬਾ ਕਰਾਮ ਰਿਜ਼ਵਾਨੁੱਲਾਹ ਅਲੈਹਿ ਕੇ ਇੰਤਜ਼ਾਰ ਕੇ ਬਾਵਜੂਦ ਮਾਫ਼ੀ ਕਿਉਂ ਮੰਗੀ ਜਾ ਰਹੀ ਥੀ? ਸਬੂਤ ਮੌਜੂਦ ਹੈ। ਅਸਲ ਮੇਂ ਯੇ ਹੈ ਯਾਰ, ਯੇ 1400 ਸਾਲ ਪੁਰਾਣੀ ਹਮ ਹਿਸਟਰੀ ਜੋ ਹੈ ਵੋ ਸਾਰੀ ਦਗੜ ਮੜਕ ਕਰਦੀ, ਔਰ ਤੋਂ ਔਰ ਜੋ ਕੁਰਾਨ ਸ਼ਰੀਫ ਜੋ ਹਿਫਜ਼ ਕੀ ਹੈ, ਇਲੀਗਲ ਆਰਮੀ ਚੀਫ ਵੀ ਹਾਫਜ਼ ਕੁਰਾਨ ਹੈ, ਵਹਾਂ ਪੇ ਵੀ 40 ਸਪਾਰੇ ਕਿ 30 ਸਪਾਰੇ ਮੈਂ ਯਹੀ ਨਹੀਂ ਕਾਊਂਟ ਕਰ ਸਕਿਆ, ਥੁੱਕ ਲਗਾ ਕੇ ਪੇਜ ਗਿਣ ਗਿਣ ਕੇ ਕਰਦੀ ਹੈ। ਉਹ ਮਿਰਜ਼ੇ ਨੇ ਕਹਾ ਦੇਣਾ ਕਿ ਅਜੀਬੋ ਗਰੀਬ ਕੁਰਾਨ ਸ਼ਰੀਫ ਨਾਲ ਇੱਕ ਆਇਤ ਪਿਛਲੇ ਸਪਾਰੇ ਮੈਂ, ਤੋ ਬਾਕੀ ਜੋ ਬਾਕੀ ਆ ਉਹ ਅਗਲੇ ਸਪਾਰੇ ਮੈਂ, ਤੋ ਥੁੱਕ ਲਗਾ ਲਗਾ ਕੇ ਗਿਣ ਕੇ ਪੇਜ ਬਣਾਏ ਮੈਂ, ਹਮ ਤੋ ਇਸਮੇ ਡੰਡੀ ਮਾਰ ਗਏ, ਤੋ ਮੂਸਾ ਅਲੈਹਿ ਸਲਾਮ ਤੋ ਬਹੁਤ ਪਹਿਲੇ ਕੀ ਬਾਤ ਹੈ। ਅੱਛਾ ਜੀ, ਈਸਾਈਓਂ ਕਾ ਹਮਨੇ ਅਭੀ ਤੱਕ ਯਹੀ ਨਹੀਂ ਕੀਆ ਕਿ ਜ਼ਿੰਦਾ ਗਏ ਜੋ ਉਠਾ ਲੀਏ ਗਏ,
متوفی کے ترجمہ نہیں ہم کر سکے مسلمان, تو باقیوں کی کیا بات کرنی. یہاں پہ تو یہی کچھ ہوتا ہے نا, ਪੈਸੇ ਪਾ ਜੋ ਉਹਦੇ ਚ. ਮੈਂ ਖੜ ਕੇ ਵੀਡੀਓ ਜੀ ਬਣਾਉਣ ਲੱਗ ਗਿਆ, ਗੋਰੀ ਭੱਜੀ ਭੱਜੀ ਆਈ, ਕਹਿੰਦੀ ਜੈਂਟਲਮੈਨ ਤੇਰੇ ਲਈ ਨਵੀਂ ਚੀਜ਼ ਲੱਗਦੀ ਹੈ ਵੀ ਫੋਟੋ ਖਿੱਚੀ ਜਾਂਦਾ. ਮੈਂ ਕਿਹਾ ਹਾਂਜੀ, ਕਹਿੰਦੀ ਆਪਦੇ ਫਾਰਮ ਤੇ ਕਰੇਗਾ. ਮੈਂ ਕੱਚਾ ਜਿਹਾ ਹੋ ਕੇ ਮਨ ਚ ਸੋਚੀ ਆ, ਮੈਂ ਕਿਹਾ ਤੈਨੂੰ ਕੀ ਦੱਸਾਂ ਕੁੜੇ ਸਾਡੇ ਫਾਰਮਾਂ ਦਾ ਹਾਲ. ਸਾਡੇ ਤਾਂ ਮੋਟਰ ਦੇ ਕੇਬਲ ਵਾਲੀ ਤਾਰ ਨੀ ਛੱਡਦੇ, ਨਾਲੇ ਬੋਰ ਚ ਸਿੱਟੀ ਹੁੰਦੀ ਆ. ਐਂ ਜੇ ਕਿਸੇ ਨੇ ਮੈਂ ਕਿਹਾ ਆਂਡੇ ਲਿਖ ਕੇ ਲਾ ਵੀ ਦਿੱਤੇ ਵੀ ਜਿਹਨੂੰ ਜਿੰਨੀ ਲੋੜ ਲੈ ਜਾਓ. ਆਂਡੇ ਤੇ ਆਲੂ ਤਾਂ ਸਾਰੇ ਚੱਕ ਕੇ ਲੈ ਜਾਣਗੇ ਨਾਲ ਗੱਲਾਂ ਵੀ ਲੈ ਜਾਣਾ. ਫੇਰ ਜਦੋਂ ਉਹ ਚੋਰੀ ਹੋਏ ਮਾਲ ਦੀ ਰਿਪੋਰਟ ਲਿਖਾਉਣ ਲਿਜਾਣਾ, 200 ਉੱਥੇ ਲੱਗ ਜਾਣਾ. ਰਾਫਟ ਲਿਖਾਉਣ ਮਗਰੋਂ ਵੀ ਜੇ ਕੋਈ ਮੁਨਸ਼ੀ ਬਾਈ ਸਾਡੇ ਵਾਲੇ ਰਘੂ ਬਾਈ ਵਰਗਾ ਹੋਇਆ, ਬਾਹਲਾ ਇਮਾਨਦਾਰ, ਉਹਨੇ ਮੌਕਾ ਵਾਰਦਾਤ ਦੇਖਣਾ, ਇਹਨੇ ਮੌਕੇ ਦਾ ਗਵਾਹ ਕਹਿ ਕੇ ਕੁੱਕੜੀ ਵੀ ਲੈ ਜਾਣੀ ਆ. ਉੱਥੇ ਵਾਲੀਆਂ ਕੁੱਕੜੀਆਂ ਚ ਆਂਡੇ ਵੀ 2.5 ਜਾਂ 3 ਹੀ ਪੈਂਦੇ ਨੇ, 3 ਹੀ ਸੀਟੀਆਂ ਕੁੱਕਰ ਚ ਕੁੱਕੜੀ ਦਾ ਰਿਮਾਂਡ ਚੱਲੂ. ਹਰੇਕ ਗੇੜੇ ਬਾਈਆਂ ਨੇ ਕਹਿਦਾ ਕਰਨਾ, ਹਜੇ ਪੁੱਛ ਗਿੱਛ ਚੱਲ ਰਹੀ ਆ. ਐ ਵੀ ਨੀ ਫਿਰ ਐ ਤਾਂ ਪੁਲਸੀ ਆ ਬਾਈ ਵੀ, ਫਿਰ ਸਾਡੀ ਵੀਰ ਭਰਾ ਨੇ ਉਹਨਾਂ ਨੇ ਫਿਰ ਚੰਗੀ ਰਾਹ ਵੀ ਦੇ ਦੇਣੀ ਆ ਵੀ ਕਿਉਂ ਇੱਕ ਕੁੱਕੜੀ ਪਿੱਛੇ ਇੰਨੇ ਗੇੜੇ ਮਾਰੀ ਆ ਨਾ, ਮਗਰ ਆਪਦਾ ਖੁੱਡਾ ਸਾਂਭ ਲਾ, ਕੋਈ ਮਗਰਲੀਆਂ ਨਾ ਜਾ ਕੇ ਲੈ ਜੇ. ਯੇ ਤੇ ਹੈਰਾਨ ਹੋ ਰਹੇ ਥੇ ਕਿ ਗੱਲਾ ਸੜਕ ਪਰ ਰਖਾ, ਯੇ ਹਮਾਰੇ ਸਾਥ ਐਮਸਡੋਫ ਗਾਂਵ ਹੈ, ਹਮਾਰੀ ਤਹਿਸੀਲ ਕਾ ਗਾਂਵ ਹੈ ਐਮਸਡੋਫ, ਉਸਕੇ ਸਾਥ ਅਰਕਡੋਫ ਵੋ ਦੂਸਰੀ ਤਹਿਸੀਲ ਮੇ ਆ ਜਾਤਾ ਹੈ. ਅੱਛਾ ਜੀ, ਵਹਾਂ ਪੇ ਏਕ ਫਾਰਮ ਹੈ ਬਹੁਤ ਬੜਾ, ਯੇ ਅੰਡੇ ਔਰ ਦੂਧ, ਹਾਂਜੀ ਦੂਧ, ਲੀਟਰ ਕਾ ਬਰਤਨ ਵੀ ਪੜਾ ਹੁਆ ਹੈ, ਉਸਮੇ ਸੇ ਆਪ ਖੁਦ ਹੀ ਡਾਲ ਲੇ, ਟੂਟੀ ਖੋਲ ਲੇ, ਡਾਲੇ ਆਪਣੇ ਬਰਤਨ ਮੇ ਡਾਲੇ, ਜਾਂ ਸ਼ਾਪਰ ਪੜੇ, ਸ਼ਾਪਰ ਮੇ ਡਾਲੇ, ਪੈਸੇ ਡਾਲ ਕੇ ਚਲੇ ਜਾਏ. ਉਹ ਇਸ ਵਜ੍ਹਾ ਸੇ ਕਿ ਬੰਦੋਂ ਕੇ ਪਾਸ ਲੇਬਰ ਕੇ ਲੀਏ ਪੈਸੇ ਨਹੀਂ, ਮਤਲਬ ਉਹ ਅਗਰ ਕੋਈ ਬੰਦਾ ਰੱਖੇਗਾ ਉਸਕੋ 12 ਯੂਰੋ 14 ਯੂਰੋ ਘੰਟਾ ਦੇਵੇਗਾ, ਉਹ ਉੱਧਰ ਗਾਹਕ ਆਇਆ ਨਾ ਗਿਆ, ਉਹ ਕਹੇ ਯਾਰ ਕਿਤਨੇ ਕੁ ਲੋਕ ਚੋਰੀ ਕਰਕੇ ਲੈ ਜਾਏਗੇ, ਤਾਂ ਖੁਦ ਹੀ ਲੋਕ ਜਾ ਕੇ ਵਹਾਂ ਸੇ ਭਰਪੂਰ ਲਿਆ. ਅਤੇ ਬਾਅਦ ਕਾ ਤੈਸੇ ਹੋਤਾ ਯੇ ਜੋ ਇੰਡੀਅਨ ਹਿੰਦੂ ਹੈ, ਯੇ ਪਨੀਰ ਬਣਾਤੇ, ਮਟਰ ਪਨੀਰ ਬੜਾ ਖਾਤੇ ਹਨ, ਔਰ ਵੀ ਹਰ ਜੇ ਹਰ ਚੀਜ਼ ਮੇਂ ਪਨੀਰ ਡਾਲਤੇ ਹਨ, ਤੋ ਦੂਧ ਇੱਧਰ ਸੇ ਲੈ ਕੇ ਜਾਤੇ, ਤੋ ਵੋ ਉਸਕੇ ਡਰਮੀ ਉਠਾ ਕੇ ਲੈ ਗਿਆ, ਪੈਸੇ ਡਾਲ ਕੇ, ਤੋ ਡਰਮੀ ਨੀਲੇ ਸੇ ਰੰਗ ਕੀ ਥੀ, ਵਹੀ ਜੋ ਕੈਮੀਕਲ ਵਾਲੀ ਚਲਤੀ, ਇੱਧਰ ਵੀ ਚਲਤੀ ਗਾਂਵ ਮੇਂ, ਬਰਤਨ ਲੈ ਲਓ ਕਿ ਚਲੀ ਜਾ, ਦੁੱਧ ਤੇ ਲੈ ਚਲੀ ਭਰਿਆ, ਉਹ ਬਾਅਦ ਮੇਂ ਵੀ ਛੋੜ ਗਏ, ਤੋ ਪੈਸੇ ਡਾਲ ਗਿਆ ਤਾ. ਅੱਛਾ ਜੀ, ਫਿਰ ਉਸਨੇ ਕਿਹਾ ਜਬ ਉਹ ਆਇਆ ਤੋ ਨਾ ਕੈਮਰਾ ਲਗਾ ਹੁਆ ਥਾ, ਉਹਨੇ ਪਕੜਾ ਉਸਕੋ, ਯਾਰ ਤੂੰ ਕਿਉਂ ਲੈ ਗਿਆ ਥਾ, ਯਾ ਮੈਂ ਪੁਲਿਸ ਮੇਂ ਜਾਣੇ ਲਗਾ ਥਾ, ਪੁਲਿਸ ਮੇਂ ਡਰ ਕੀ ਵਜਾ ਜਾਤੇ ਨਹੀਂ, 70 ਯੂਰੋ ਲੇਤੀ ਆ, ਫਿਰ ਜਬ ਚਲਾਨ ਬਣ ਜਾਤਾ ਹੈ, ਫਿਰ 70 ਯੂਰੋ ਜੋ ਹੈ ਨਾ ਵੋ ਮਿਲਤੇ ਹੈ, ਪੁਲਿਸ ਤੋਂ ਫੌਰਨ ਠੋਕ ਦਿੱਤੀ ਹੈ ਨਾ, 70 ਯੂਰੋ ਆਨੇ ਕਾ, ਹਾਂਜੀ ਹਾਂਜੀ 70 ਯੂਰੋ, ਆਪ ਹੈਰਾਨ ਹੋਣਗੇ, ਮੈਂ ਆਪਣੇ ਦਿਮਾਗ ਉੱਧਰ ਗਿਆ ਤਾਂ ਉਸਕੋ ਬਤਾਇਆ, ਤਾਂ ਹੈਰਾਨ ਪਰੇਸ਼ਾਨ ਹੋਆ, ਲੰਡਨ ਕੀ ਪੁਲਿਸ ਇੱਕ ਪੈਸਾ ਨਹੀਂ ਲੇਤੀ, ਜਰਮਨ ਕੀ ਪੁਲਿਸ 70 ਰੁਪਏ 70 ਯੂਰੋ ਲੇਤੀ ਹੈ, ਉਹ ਆਨੇ ਕੇ ਚਲਾਨ ਬਣਾਉਣੇ ਕੇ, ਫੋਟੋਗ੍ਰਾਫੀ ਕਰਨੇ ਕੇ, ਨਕਸ਼ਾ ਬਣਾਉਣੇ ਕੇ, ਡਰਾਇੰਗੇ ਬਣਾਉਣੇ ਕੇ, ਇਹ ਸਾਰੀ ਚਲਤੀ ਹੈ ਵਹਾਂ ਪੇ. ਅਬ ਇਸੀ ਫਾਰਮ ਕਾ ਕਿੱਸਾ ਵੀ ਸੁਣ ਲੇ,